ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜ ਆਵ ਸਟੱਡੀ ਦੇ ਵਿੱਚ ਸੋ ਦੋਸਤੋ ਪੰਜਾਬ ਪੁਲਿਸ ਕਾਂਸਟੇਬਲ ਪੇਪਰ ਦੀ ਤਿਆਰੀ ਕਰ ਰਹੇ ਦੋਸਤਾਂ ਲਈ ਬੈਰੀ ਇੰਪੋਰਟੈਂਟ ਕਲਾਸ ਲੈ ਕੇ ਹਾਜ਼ਰਾਂ ਮੌਕ ਟੈਸਟ ਕਲਾਸ ਇਹ ਰਹਿਣ ਵਾਲੀ ਹੈ 50 MCQ ਕੁਐਸਚਨ ਇਸ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਪੰਜਵਾਂ ਟੈਸਟ ਹੈ ਇਸ ਤੋਂ ਪਹਿਲਾਂ ਚਾਰ ਕਲਾਸਾਂ ਇਸੇ ਤਰ੍ਹਾਂ ਦੀਆਂ ਹੋ ਚੁੱਕੀਆਂ ਨੇ ਜਾ ਕੇ ਤੁਸੀਂ ਦੇਖ ਸਕਦੇ ਹੋ ਬਸ ਅੱਜ ਵਾਲੀ ਕਲਾਸ ਤੇ ਵਿੱਚ ਆਪਾਂ ਪੰਜਾਬੀ ਕੁਆਲੀਫਾਈਂਗ ਪੇਪਰ ਦੇ ਨਾਲ ਕੁਝ ਕੁਸ਼ਨ ਜੀਕੇ ਦੇ ਐਡ ਕਰ ਲਏ ਆ ਕੰਪਲੀਟ ਕਲਾਸ ਜ਼ਰੂਰ ਦੇਖਿਓ ਤੁਹਾਨੂੰ ਵਧੀਆ ਲੱਗੇਗੀ ਜੇਕਰ ਵਧੀਆ ਲੱਗਦੀ ਹੈ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੰਨੇ ਕੁਸ਼ਨ ਇੰਨਾ 50 ਕੁਸ਼ਨਾਂ ਦੇ ਵਿੱਚੋਂ ਤੁਹਾਨੂੰ ਆਉਂਦੇ ਸੀ ਬਾਕੀ ਵੀ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਕਲਾਸ ਨੂੰ ਇਸ ਨੂੰ ਦੇਖ ਸਕਦੇ ਹੋ ਪਹਿਲਾ ਕੁਸ਼ਨ ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਬਦ ਸ਼੍ਰੇਣੀ ਹੈ ਸ਼ਬਦ ਸ਼੍ਰੇਣੀ ਦੇਖਣਾ ਵੀ ਇਹਨਾਂ ਦੇ ਵਿੱਚੋਂ ਕਿਹੜੀ ਹੈਗੀ ਸ਼ਬਦ ਸ਼੍ਰੇਣੀ ਉਹ ਹੁੰਦੀ ਹੈ 8 ਤਰ੍ਹਾਂ ਦੀਆਂ ਸ਼ਬਦ ਸ਼੍ਰੇਣੀਆਂ ਨੇ ਇਹਨਾਂ ਦੇ ਵਿੱਚ ਆ ਜਾਂਦੇ ਨੇ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਤੇ ਉਸ ਤੋਂ ਬਾਅਦ ਯੋਜਕ ਸੰਬੰਧਕ ਵਿਸਮਿਕ ਇਹ ਸਾਰੀਆਂ ਸ਼ਬਦ ਸ਼੍ਰੇਣੀਆਂ ਨੇ ਇਹਨਾਂ ਦੇ ਵਿੱਚੋਂ ਦੇਖੋ ਆਪਾਂ ਨੂੰ ਵਿਸ਼ੇਸ਼ਣ ਦਿਖਾਈ ਦੇ ਰਿਹਾ ਹੈ ਇਹੀ ਸ਼ਬਦ ਸ਼੍ਰੇਣੀਆਂ ਬਾਕੀ ਤਾਂ ਇਦਾਂ ਹੀ ਹੈ ਤਾਂ ਆਪਸ਼ਨ ਸੀ ਆਪਣਾ ਰਾਈਟ ਆਨਸਰ ਹੈ ਅਗਲਾ ਕੁਐਸਚਨ ਦੇਖੋ ਸੈਕਿੰਡ ਹੇਠ ਦਿੱਤੇਆਂ ਵਿੱਚੋਂ ਕਿਸ ਰਾਹੀਂ ਸਰਚ ਇੰਜਨ ਤੱਕ ਪਹੁੰਚ ਕੀਤੀ ਜਾਂਦੀ ਹੈ ਲਓ ਜੀ ਕੰਪਿਊਟਰ ਦਾ ਕੁਐਸਚਨ ਹੈ ਜਿਹੜਾ ਇੱਥੇ ਮਿਕਸ ਹੋ ਗਿਆ ਹੁਣ ਦੇਖੋ ਸਰਚ ਇੰਜਨ ਦੇ ਧੱਕ ਆਪਾਂ ਨੇ ਪਹੁੰਚਣਾ ਹੈ ਤਾਂ ਆਪਾਂ ਨੂੰ ਕੀ ਕਰਨਾ ਪਏਗਾ ਪਹਿਲਾਂ ਆਪਾਂ ਵੈਬ ਬ੍ਰਾਊਜ਼ਰ ਨੂੰ ਓਪਨ ਕਰਾਂਗੇ ਜਾਂ ਤੁਸੀਂ ਦੇਖ ਸਕਦੇ ਹੋ ਯੂਸੀ ਬ੍ਰਾਊਜ਼ਰ ਆਪਾਂ ਖੋਲਦੇ ਹੁੰਦੇ ਸੀ ਜਾਂ ਗੂਗਲ ਕ੍ਰੋਮ ਨੂੰ ਖੋਲਦੇ ਆ ਉਸ ਤੋਂ ਬਾਅਦ ਇੱਕ ਜੀ ਲਿਖੀ ਹੁੰਦੀ ਹੈ ਜਾਂ ਇਸ ਦੇ ਨਾਲ ਇਦਾਂ ਤੁਹਾਨੂੰ ਬਾਕਸ ਜਾਂ ਬਣਿਆ ਹੁੰਦਾ ਉਸ ਦੇ ਵਿੱਚ ਆਪਾਂ ਕੁਝ ਨਾ ਕੁਝ ਟਾਈਪ ਕਰਕੇ ਸਰਚ ਕਰਦੇ ਆ ਪਹਿਲਾਂ ਵੈਬ ਬ੍ਰਾਊਜ਼ਰ ਤੇ ਜਾਣੇ ਉਸ ਤੋਂ ਬਾਅਦ ਸਰਚ ਇੰਜਨ ਨੂੰ ਖੋਲਦੇ ਆ ਆਪਾਂ ਸਰਚ ਟੈਬ ਨੂੰ ਖੋਲਦੇ ਆ ਅਗਲਾ ਕੁਐਸਚਨ ਹੈ ਦੇਖੋ ਤੀਜਾ ਗੁਰਮੁਖੀ ਲਿਪੀ ਵਿੱਚ ਪੈਰ ਵਿੱਚ ਬਿੰਦੀ ਪੈਰ ਦੇ ਵਿੱਚ ਬਿੰਦੀ ਵਾਲੇ ਕਿੰਨੇ ਅੱਖਰ ਨੇ ਜ ਦੱਸੋ ਜਿਹੜੇ ਨਵੇਂ ਐਡ ਕੀਤੇ ਅੱਖਰ ਫਾਰਸੀ ਅਰਬੀ ਧੁਨੀਆਂ ਨੂੰ ਆ ਪੇਸ਼ ਕਰਨ ਦੇ ਵਾਸਤੇ ਹਨਾ ਕਿਹੜੇ ਨੇ ਦੇਖੋ 6 ਅੱਖਰ ਨੇ ਕਿਹੜੇ ਆ ਦੇਖੋ ਸ਼ਖ ਇਦਾਂ ਯਾਦ ਕਰ ਲਓ ਸ਼ਖ ਗਜ਼ ਫਲ ਫ ਲ ਸ਼ਖ ਗਜ਼ ਫਲ ਲਓ ਜੀ ਇਹ ਸਾਰੇ ਪੈਰ ਦੇ ਵਿੱਚ ਵਿੰਦੀ ਵਾਲੇ ਨੇ ਕਿੰਨੇ ਹੋਗੇ ਟੋਟਲ 6 ਨੇ ਧਿਆਨ ਦੇ ਵਿੱਚ ਰੱਖਿਓ অপਸ਼ਨ ਬੀ ਆਪਣਾ ਇਸ ਕੁਐਸਚਨ ਦਾ ਰਾਈਟ ਆਨਸਰ ਹੋ ਗਿਆ ਅੱਗੇ ਦੇਖੋ ਚੌਥਾ ਕੁਐਸਚਨ ਰਾਜਸਥਾਨ ਦੇ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਦੱਸੋ ਪਿਛਲੇ ਸਾਲ ਪੰਜਾਬ ਪੁਲਿਸ ਕਨਸਟੇਬਲ ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਧਿਆਨ ਦੇ ਵਿੱਚ ਇਸ ਨੂੰ ਰੱਖਿਓ ਤਾਂ ਦੇਖੋ ਜੀ ਕਿੰਨੇ ਆ ਰਾਜਸਥਾਨ ਦੇ ਵਿੱਚ ਵਿਧਾਨ ਸਭਾ ਦੇ ਮੈਂਬਰ ਤਾਂ ਉਹ ਨੇ ਜੀ 200 ਆਪਸ਼ਨ ਸੀ ਰਾਈਟ ਆਨਸਰ ਹੈ ਇਸ ਕੁਐਸਚਨ ਦਾ ਅੱਗੇ ਚੱਲਦੇ ਹਾਂ ਪੰਜਵੇਂ ਕੁਐਸਚਨ ਤੇ ਹੇਠ ਲਿਖਿਆਂ ਵਿੱਚੋਂ ਪਿਸ਼ੇਤਰ ਯੁਕਤ ਸ਼ਬਦ ਹੈ ਮਤਲਬ ਕਿ ਕਿਹੜਾ ਸ਼ਬਦ ਹੈ ਜਿਸ ਦੇ ਵਿੱਚ ਕੋਈ ਪਿਸ਼ੇਤਰ ਲੱਗਿਆ ਹੋਇਆ ਹੈ ਮੂਸਲਾਦਾਰ ਆਪਸ਼ਨ ਏ ਰਾਈਟ ਆਨਸਰ ਹੈ ਇਸ ਦੇ ਵਿੱਚ ਆਪਣਾ ਅਗਲਾ ਕੁਐਸਚਨ ਦੇਖੋ 6 ਨੰਬਰ ਇਤਿਹਾਸਕ ਗੁਰਦੁਆਰਾ ਚਰਨ ਕਮਲ ਸਾਹਿਬ ਚਰਨ ਕਮਲ ਸਾਹਿਬ ਗੁਰਦੁਆਰਾ ਸਾਹਿਬ ਹੈ ਜਿਹੜਾ ਮਾਛੀਵਾੜੇ ਦੇ ਵਿੱਚ ਹੈ ਤੇ ਹੈਗਾ ਕਿਸ ਜ਼ਿਲ੍ਹੇ ਦੇ ਵਿੱਚ ਹੈ ਕਿਹੜੇ ਜ਼ਿਲ੍ਹੇ ਦੇ ਅੰਤਰਗਤ ਆਉਂਦਾ ਹੈ ਉਹ ਆਪਾਂ ਦੱਸਣਾ ਤਾਂ ਦੇਖੋ ਜੀ ਮਾਛੀਵਾੜਾ ਕਿਸ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਜੀ ਆਉਂਦਾ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਆਪਸ਼ਨ ਸੀ ਆਪਣਾ ਰਾਈਟ ਆਨਸਰ ਹੈ ਕਈ ਵਾਰ ਇਦਾਂ ਪੁੱਛਿਆ ਜਾਂਦਾ ਹੈ ਗੁਰਦੁਆਰਾ ਚਰਨ ਕਮਲ ਸਾਹਿਬ ਕਿੱਥੇ ਹੈ ਮਾਛੀਵਾੜੇ ਦੇ ਵਿੱਚ ਹੈ ਜਾਂ ਜ਼ਿਲ੍ਹਾ ਦਿੱਤਾ ਹੋ ਸਕਦਾ ਤੁਹਾਨੂੰ ਉਹ ਫਿਰ ਲੁਧਿਆਣੇ ਦੇ ਵੱਲ ਤੁਸੀਂ ਚਲੇ ਜਾਓਗੇ ਅਗਲਾ ਕੁਐਸਚਨ ਦੇਖੋ 7ਵਾਂ ਕੁਐ ਜਿਸ ਤੋਂ ਕਿਸੇ ਕੰਮ ਦੇ ਹੋਣ ਜਾਂ ਵਾਪਰਨ ਦਾ ਪਤਾ ਲੱਗੇ ਤਾਂ ਵਿਆਕਰਨ ਵਿੱਚ ਉਸ ਨੂੰ ਕੀ ਕਿਹਾ ਜਾਂਦਾ ਹੈ ਦੇਖੋ ਕੰਮ ਦੇ ਹੋਣ ਦਾ ਪਤਾ ਲੱਗਦਾ ਤਾਂ ਉਹ ਹੁੰਦਾ ਜੀ ਕਿਰਿਆ ਕੋਈ ਕੰਮ ਕੀਤਾ ਜਾ ਰਿਹਾ ਹੈ ਬੱਚਾ ਖੇਡ ਰਿਹਾ ਹੈ ਬੱਚਾ ਪੜ੍ਹ ਰਿਹਾ ਹੈ ਬੱਚਾ ਲਿਖ ਰਿਹਾ ਉਹ ਸਾਰੀ ਕੀ ਹੋ ਗਿਆ ਕਿਰਿਆ ਹੋਗੀ 8 ਨੰਬਰ ਕੁਐਸਚਨ ਦੇਖੋ ਔਰਤਾਂ ਦੀ ਯਾਤਰਾ ਨੂੰ ਸੁਰੱਖਿਅਤ ਸੁਰੱਖਿਅਤ ਅਤੇ ਯਾਤਰੀ ਅਨੁਕੂਲ ਬਣਾਉਣ ਲਈ ਦਿੱਲੀ ਸਰਕਾਰ ਨੇ ਜਨਤਕ ਸੇਵਾਵਾਂ ਵਿੱਚ ਔਰਤਾਂ ਨੂੰ ਕਿਸ ਨਾਮ ਦੇ ਤਹਿਤ ਭਰਤੀ ਕੀਤਾ ਹੈ ਔਰਤਾਂ ਨੂੰ ਭਰਤੀ ਕੀਤਾ ਉਸ ਨੂੰ ਯਾਤਰਾ ਨੂੰ ਸੁਖਦ ਬਣਾਉਣ ਦੇ ਵਾਸਤੇ ਤਾਂ ਕਿਹੜਾ ਮਿਸ਼ਨ ਸੀਗਾ ਜਾਂ ਕਿਸ ਨਾਮ ਦੇ ਤਹਿਤ ਉਹਨਾਂ ਨੂੰ ਭਰਤੀ ਕੀਤਾ ਮਿਸ਼ਨ ਪਰਿਵਰਤਨ ਆਪਸ਼ਨ ਬੀ ਰਾਈਟ ਆਨਸਰ ਹੈ ਪਰਿਵਰਤਨ ਲੈ ਕੇ ਆਉਣ ਦੇ ਲਈ ਇਦਾਂ ਸਮਝ ਲਓ ਤੁਸੀਂ 9 ਨੰਬਰ ਕੁਐਸਚਨ ਦੇਖੋ ਪਟਿਆਲੇ ਵਿੱਚ ਕਾਲੀ ਦੇਵੀ ਦਾ ਮੰਦਿਰ ਕਿਸ ਨੇ ਬਣਵਾਇਆ ਦੇਖੋ ਜੀ ਇਹਨਾਂ ਦੇ ਵਿੱਚੋਂ ਮਹਾਰਾਜਾ ਭਪਿੰਦਰ ਸਿੰਘ ਮਹਾਰਾਜਾ ਯਾਦਵਿੰਦਰ ਸਿੰਘ ਵੀਰੇਂਦਰ ਸਿੰਘ ਜਾਂ ਮਹਾਰਾਜਾ ਅਰਜਿੰਦਰ ਸਿੰਘ ਕਿਸ ਨੇ ਬਣਵਾਇਆ ਸੀਗਾ ਭពਿੰਦਰ ਸਿੰਘ ਨੇ ਬਹੁਤ ਵਾਰ ਇਹ ਕੁਐਸਚਨ ਹੈ ਜਿਹੜਾ ਬਣ ਚੁੱਕਿਆ ਹੈ ਪੰਜਾਬ ਪੁਲਿਸ ਪੇਪਰ ਦੇ ਵਿੱਚ ਤਾਂ ਇਸ ਨੂੰ ਧਿਆਨ ਦੇ ਵਿੱਚ ਰੱਖਿਓ ইয়ার ਸ਼ਾਇਦ ਸੀਗਾ ਇਸਦਾ 1933 1936 ਸੀਗਾ ਧਿਆਨ ਦੇ ਵਿੱਚ ਰੱਖਿਓ ਮਹਾਰਾਜਾ ਭពਿੰਦਰ ਸਿੰਘ ਨੇ ਬਣਾਇਆ ਇੰਪੋਰਟੈਂਟ ਕੁਐਸਚਨ ਹੈ ਪੇਪਰ ਦੇ ਲਈ 10 ਨੰਬਰ ਕੁਐਸਚਨ ਦੇਖੋ ਸ਼ੁਕਰ ਚੱਕੀਆ ਮਿਸਲ ਦਾ ਆਗੂ ਮਹਾ ਸਿੰਘ ਹੇਠ ਲਿਖਿਆ ਵਿੱਚੋਂ ਕਿਸ ਦਾ ਪਿਤਾ ਸੀ ਤਾਂ ਦੇਖੋ ਸ਼ੁਕਰ ਚੱਕੀਆ ਮਿਸਲ ਦਾ ਆਗੂ ਕੌਣ ਸੀਗਾ ਮਹਾ ਸਿੰਘ ਠੀਕ ਹੈ ਬਿੰਦੀ ਉੱਪਰ ਲੱਗੀ ਹੋਈ ਮਹਾ ਸਿੰਘ ਧਿਆਨ ਦੇ ਵਿੱਚ ਰੱਖਿਓ ਇੱਥੋਂ ਕੁਐਸਚਨ ਬਣ ਸਕਦਾ ਹੈ ਹੁਣ ਕਿਸ ਦੇ ਪਿਤਾ ਸੀ ਕਿ ਇਹ ਪੁੱਛਿਆ ਤਾਂ ਇਹ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਚੜ੍ਹ ਸਿੰਘ ਤਾਂ ਇਦਾਂ ਧਿਆਨ ਦੇ ਵਿੱਚ ਰੱਖਿਓ ਠੀਕ ਹੈ ਮਹਾ ਸਿੰਘ ਦੇ ਨਾਲ ਛੱਠਿਆਲੀ ਵਾਰ ਹੈ ਜਿਹੜੀ ਉਹ ਜੁੜੀ ਹੋਈ ਹੈ ਉਹ ਵੀ ਆਪਾਂ ਦੇਖਦੇ ਆ ਨਾ ਅਗਲਾ ਕੁਐਸਚਨ ਹੈ ਦੇਖੋ 11 ਨੰਬਰ ਸੁਗੰਧ ਸ਼ਬਦ ਹੈ ਇੱਕ ਸੁਗੰਧ ਇਸ ਦੇ ਵਿੱਚ ਅਗੇਤਰ ਲੱਗਿਆ ਹੋਇਆ ਹੈ ਕੋਈ ਤਾਂ ਉਹ ਅਗੇਤਾ ਦੇਖੋ ਇਹਨਾਂ ਦੇ ਵਿੱਚੋਂ ਕਿਹੜਾ ਹੈ ਸੁਗੰਧ ਸੁਗੰਧ ਠੀਕ ਹੈ ਸੁਗੰਧ ਜਦੋਂ ਕੋਈ ਵੀ ਅੱਗੇ ਸੂ ਲੱਗ ਜੇ ਨਾ ਉਹਦਾ ਮਤਲਬ ਉਹ ਪੋਜੀਟਿਵ ਵਰਡ ਹੈ ਜੇ ਇਥੇ ਦੁਰ ਹੁੰਦਾ ਤਾਂ ਉਹ 네ਗੇਟਿਵ ਹੋਣਾ ਸੀਗਾ ਦੁਰਗੰਧ ਠੀਕ ਹੈ ਉਹ ਮਾੜੀ ਹੈ ਤੇ ਸੂ ਚੰਗਾ ਸ਼ਬਦ ਹੈ ਠੀਕ ਹੈ ਇਹ ਧਿਆਨ ਦੇ ਵਿੱਚ ਰੱਖ ਲਓ ਕਈ ਵਾਰ ਇਦਾਂ ਵੀ ਕੁਐਸਚਨ ਬਣ ਸਕਦਾ ਹੈ ਤਾਂ ਆਪਣਾ ਰਾਈਟ ਆਨਸਰ ਕਿਹੜਾ ਹੈ ਇਸ ਦੇ ਵਿੱਚ ਅਗੇਤਰ ਸੂ ਲੱਗਿਆ ਹੋਇਆ ਹੈ ਸੁਗੰਧ ਸੁਗੰਧ ਮਤਲਬ ਕਿ ਚੰਗੀ ਖੁਸ਼ਬੂ ਹੈ 12 ਨੰਬਰ ਕੁਐਸਚਨ ਦੇਖੋ ਪੰਜਾਬ ਦਾ ਕੁੱਲ ਖੇਤੀ ਵਾਲਾ ਖੇਤਰ ਕਿੰਨਾ ਹੈ ਖੇਤੀਬਾੜੀ ਦੇ ਨਾਲ ریلیਟਡ ਹੈ ਜਿਹੜਾ ਉਹ ਖੇਤਰ ਕਿੰਨਾ ਹੈ ਮਿਲੀਅਨ ਹੈਕਟੇਅਰ ਦੇ ਵਿੱਚ ਦੱਸਣਾ ਆਪਸ਼ਨ A ਦੇ ਵਿੱਚ ਪੀਐਸ ਦਾ ਰਾਈਟ ਆਨਸਰ ਦੇਖੋ 4.2 ਮਿਲੀਅਨ 4.2 ਮਿਲੀਅਨ ਜਾਂ 4.20 ਮਿਲੀਅਨ ਵੀ ਲਿਖਿਆ ਹੋਇਆ ਆ ਜਾਏਗਾ ਬਸ ਇਹ ਜ਼ੀਰੋ ਇੱਥੇ ਸ਼ੋ ਨਹੀਂ ਕੀਤੀ ਹੋਈ ਚਾਂ ਤਾਂ ਕਰਕੇ ਆਪਾਂ ਨੂੰ ਇਹ ਇਦਾਂ ਲੱਗ ਰਿਹਾ ਠੀਕ ਹੈ 4.2 ਮਿਲੀਅਨ ਹੈਕਟੇਅਰ ਹੈ ਇਸ ਦਾ ਰਾਈਟ ਆਨਸਰ ਹੈ ਤੇ ਕੁੱਲ ਕਿੰਨਾ ਪ੍ਰਤੀਸ਼ਤ ਲਗਭਗ 83% ਹੈ ਜਿਹੜਾ ਉਹ ਬਣ ਰਿਹਾ ਜਿਹੜਾ ਇਹ ਰਕਬਾ ਇਹ ਖੇਤਰ ਹੈ ਜਿਹੜਾ ਅੱਗੇ ਚੱਲਦੇ ਹਾਂ 13 ਨੰਬਰ ਕੁਐਸਚਨ ਤੇ ਬਲ ਸ਼ਬਦ ਹੈ ਜਿਹੜਾ ਬਲ ਦਿੱਤਾ ਹੋਇਆ ਇਸ ਦਾ ਵਿਰੋਧੀ ਸ਼ਬਦ ਦੱਸਣਾ ਹੈ ਆਪਾਂ ਨੇ ਜਿਹੜਾ ਬਲ ਤਾਕੜਾ ਹੋਏਗਾ ਜ਼ੋਰ ਆਲਾ ਹੋਏਗਾ ਬੰਦਾ ਸਮਰੱਥ ਹੋਏਗਾ ਤਾਂ ਨਿਰਵਲ ਇਸ ਦਾ ਉਲਟ ਹੋ ਗਿਆ ਤੁਹਾਨੂੰ ਦੱਸ ਕੀ ਆਇਆ ਜਿਹੜਾ ਦੁਰ ਸ਼ਬਦ ਲੱਗ ਜੇ ਠੀਕ ਹੈ ਨਿਰ ਲੱਗ ਜੇ ਠੀਕ ਹੈ ਕ ਲੱਗ ਜੇ ਅੱਗੇ ਅ ਲੱਗ ਜੇ ਉਹ ਸਾਰੇ ਇਸ ਨੂੰ 네ਗੇਟਿਵ ਬਣਾ ਦਿੰਦੇ ਨੇ ਅੱਗੇ ਚੱਲਦੇ ਹਾਂ ਜੀ ਆਪਾਂ 14 ਨੰਬਰ ਕੁਐਸਚਨ ਦੇ ਉੱਤੇ ਪੰਜਾਬ ਦਾ ਸ਼ਹੀਦੀ ਜੋੜ ਮੇਲਾ ਇਹਨਾਂ ਵਿੱਚੋਂ ਕਿਹੜੇ ਗੁਰੂ ਸਹਿਬਾਨ ਦੇ ਪੁੱਤਰਾਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਜਾਂ ਸਹਿਬਜ਼ਾਦੇਆਂ ਦੇ ਨਾਲ ਸੰਬੰਧਿਤ ਹੈ ਉਹ ਆਪਾਂ ਦੱਸਣਾ ਹੈ ਕਿਹੜੇ ਗੁਰੂ ਸਹਿਬਾਨ ਜੀ ਦੇ ਸਹਿਬਜ਼ਾਦੇ ਸੀਗੇ ਉਹ ਆਪਸ਼ਨ ਬੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਨੂੰ ਪਤਾ ਹੋਏਗਾ ਤੇ ਪਤਾ ਹੋਣਾ ਵੀ ਚਾਹੀਦਾ ਹੈ ਅੱਗੇ ਚੱਲਦੇ ਹਾਂ 15 ਨੰਬਰ ਕੁਐਸਚਨ ਤੇ ਪੰਜਾਬੀ ਭਾਸ਼ਾ ਵਿੱਚ ਵਾਕ ਦੀ ਸਹੀ ਤਰਤੀਬ ਕਿਹੜੀ ਹੈ ਕੋਈ ਵੀ ਆਪਾਂ ਵਾਕ ਲਿਖ ਰਹੇ ਹਾਂ ਜਿੱਦਾਂ ਕੋਈ ਆਪਣੇ ਕਮੈਂਟ ਕਰਨ ਵਾਲੇ ਬੱਚੇ ਦਾ ਨਾਮ ਹੀ ਲੈ ਲੈਣੇ ਆ ਗੁਰਜੀਤ ਹਨਾ ਗੁਰਜੀਤ ਰੋਟੀ ਖਾਂਦਾ ਹੈ ਗੁਰਜੀਤ ਰੋਟੀ ਖਾਂਦਾ ਹੈ ਰੋਟੀ ਖਾਂਦਾ ਹੈ ਹਨਾ ਖਾਣਾ ਕੀ ਹੋ ਗਿਆ ਕਿਰਿਆ ਹੋਗੀ ਤਾਂ ਦੇਖੋ ਕਰਤਾ ਅੱਗੇ ਕਰਤਾ ਆ ਗਿਆ ਜਿਹੜਾ ਕੰਮ ਕਰ ਰਿਹਾ ਠੀਕ ਹੈ ਉਸ ਤੋਂ ਬਾਅਦ ਕਰਮ ਆ ਗਿਆ ਫਿਰ ਉਸ ਤੋਂ ਬਾਅਦ ਕਿਰਿਆ ਆ ਗਈ ਠੀਕ ਹੈ ਇਹ ਧਿਆਨ ਦੇ ਵਿੱਚ ਰੱਖਿਓ ਇਦਾਂ ਸੀਕੁਐਂਸ ਇਹੀ ਹੈ ਆਪਸ਼ਨ A ਰਾਈਟ ਆਨਸਰ ਹੈ ਕਰਤਾ ਹੋਏਗਾ ਫਿਰ ਉਸ ਦਾ ਕਰਮ ਹੋਏਗਾ ਤੇ ਉਸ ਨੂੰ ਕੀਤਾ ਜਾ ਰਿਹਾ ਫਿਰ ਉਹ ਕਿਰਿਆ ਐਂਡ ਦੇ ਵਿੱਚ ਹੋਗੀ ਅਗਲਾ ਕੁਐਸਚਨ ਹੈ 16 ਨੰਬਰ ਆਸਾ ਦੀ ਵਾਰ ਕਿਸ ਗੁਰੂ ਸਹਿਬਾਨ ਜੀ ਨਾਲ ਸੰਬੰਧਿਤ ਹੈ ਇਸ ਦਾ ਰਾਈਟ ਆਨਸਰ ਦੱਸੋ ਜੀ ਕਿਸ ਗੁਰੂ ਸਹਿਬਾਨ ਦੀ ਬਾਹਰ ਹੈ ਗੁਰੂ ਨਾਨਕ ਦੇਵ ਜੀ ਦੀ অপਸ਼ਨ ਸੀ ਰਾਈਟ ਆਨਸਰ ਹੈ ਮਹੱਤਵਪੂਰਨ ਬਾਹਰ ਹੈ ਧਿਆਨ ਦੇ ਵਿੱਚ ਰੱਖਿਓ ਅਗਲਾ ਕੁਐਸਚਨ ਦੇਖੋ 17 ਨੰਬਰ ਤਾਂ ਤਿੰਨ ਬਾਹਰਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਤਾਂ ਕਿਹੜੀਆਂ ਕਿਹੜੀਆਂ ਨੇ ਆਸਾ ਦੀ ਬਾਹਰ ਮਾਜ ਦੀ ਬਾਹਰ ਤੇ ਮਲਾਰ ਦੀ ਬਾਹਰ ਧਿਆਨ ਦੇ ਵਿੱਚ ਰੱਖਿਓ ਅਗਲਾ ਕੁਐਸਚਨ ਹੈ 17 ਨੰਬਰ ਉਦਮ ਇੱਥੇ ਸ਼ਬਦ ਉਦਮ ਦਿੱਤਾ ਹੋਇਆ ਹੈ ਇਸ ਦਾ ਸਮਾਨਾਰਥੀ ਨਹੀਂ ਹੈ ਇੱਕ ਜਿਹੜਾ ਨਹੀਂ ਦਿੱਤਾ ਹੁੰਦਾ ਨਾ ਇਸ ਨੂੰ ਧਿਆਨ ਦੇ ਨਾਲ ਜਰੂਰ ਪੜਾਇਆ ਕਰੋ ਤੁਸੀਂ ਇਸ ਦਾ ਦੇਖੋ ਸਮਾਨਾਰਥਕ ਨਹੀਂ ਹੈਗਾ ਉਪਰਾਲਾ ਉਦਮ ਕੀਤਾ ਉਪਰਾਲਾ ਕੀਤਾ ਉਪਕਾਰ ਕੀਤਾ ਯਤਨ ਕੀਤਾ ਜਾਂ ਕੋਸ਼ਿਸ਼ ਕੀਤੀ ਉਪਕਾਰ ਨਹੀਂ ਹੈਗਾ ਬਾਕੀ ਸਾਰੇ ਹੈਗੇ ਆ ਠੀਕ ਹੈ ਉਦਮ ਕਰਨੀ ਜਰੂਰ ਤੁਹਾਨੂੰ ਕਭ ਤਾਂ ਲੱਗੀ ਹੋਏਗੀ ਕਿਸੇ ਨਾ ਕਿਸੇ ਛੋਟੀ ਕਲਾਸ ਦੇ ਵਿੱਚ 18 ਨੰਬਰ ਕੁਐਸਚਨ 2011 ਦੀ ਜਨਗਣਨਾ ਦੇ ਅਨੁਸਾਰ ਪੰਜਾਬ ਰਾਜ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਭਾਈਚਾਰੇ ਦੀ ਆਬਾਦੀ ਸਭ ਤੋਂ ਘੱਟ ਹੈ ਸਾਰਿਆਂ ਤੋਂ ਘੱਟ ਆਬਾਦੀ ਕਿਸ ਧਰਮ ਦੀ ਹੈ ਕਿਸ ਭਾਈਚਾਰੇ ਦੀ ਹੈ ਬੋਧੀ ਦੀ ਹੈ ਸਭ ਤੋਂ ਜ਼ਿਆਦਾ ਸਿੱਖ ਧਰਮ ਦੀ ਹੈ ਤਾਂ ਧਿਆਨ ਦੇ ਵਿੱਚ ਰੱਖਿਓ ਇੱਕ ਸਪੈਸ਼ਲ ਕਲਾਸ ਆਪਾਂ ਇਸ ਦੇ ਨਾਲ ਰਿਲੇਟਡ ਬਣਾਈ ਹੋਈ ਹੈ ਤੇ ਉਸ ਨੂੰ ਜਾ ਕੇ ਜ਼ਰੂਰ ਦੇਖ ਲਿਓ ਇੱਕ ਆਪਾਂ ਪਲੇਲਿਸਟ ਬਣਾ ਦਿੱਤੀ ਹੈ ਪੰਜਾਬ ਪੁਲਿਸ ਕਨਸਟੇਬਲ ਪੇਪਰ ਐਨਾਲਾਈਸਿਸ 2024 ਉਹਦੇ ਵਿੱਚ ਸਾਰੀਆਂ ਇੰਪੋਰਟੈਂਟ ਕਲਾਸਾਂ ਨੇ ਜਿਹੜੀਆਂ ਟੌਪਿਕ ਵਾਈਜ਼ ਆਪਾਂ ਨੇ ਉਸ ਦੇ ਵਿੱਚ ਇੰਪੋਰਟ ਕਰ ਦਿੱਤੀਆਂ ਨੇ ਉਹਨਾਂ ਨੂੰ ਜਾ ਕੇ ਦੇਖ ਲਿਓ 2011 ਦੀ ਜਨਗਣਨਾ ਦੀ ਵੀਡੀਓ ਤੁਹਾਨੂੰ ਉੱਥੇ ਮਿਲ ਜੇਗੀ ਸਾਰੇ ਜ਼ਰੂਰ ਦੇਖ ਲਓ ਇੱਕ ਤੋਂ ਦੋ ਕੁਐਸਚਨ ਤੁਹਾਨੂੰ ਹਰ ਇੱਕ ਸ਼ਿਫਟ ਦੇ ਵਿੱਚ ਦੇਖਣ ਨੂੰ ਮਿਲ ਰਹੇ ਆ 19 ਨੰਬਰ ਕੁਐਸਚਨ ਦੇਖੋ ਗੁਰਮੁਖੀ ਲਿਪੀ ਨੂੰ ਹੋਰ ਕਿਹੜੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਗੁਰਮੁਖੀ ਲਿਪੀ ਨੂੰ 35 ਅੱਖਰੀ ਸ਼ਾਹਮੁਖੀ ਦੇਵਨਾਗਰੀ ਜਾਂ ਰੋਮਨ ਤਾਂ 35 ਅੱਖਰੀ ਕਹਿੰਦੇ ਆ ਕਿਉਂਕਿ ਇਸ ਦੇ ਵਿੱਚ ਮੂਲ ਰੂਪ ਦੇ ਵਿੱਚ 35 ਅੱਖਰ ਸੀ ਜੇਕਰ ਕੁਐਸਚਨ ਬਣ ਜੇ ਕਿ ਮੂਲ ਰੂਪ ਦੇ ਵਿੱਚ ਕਿੰਨੇ ਅੱਖਰ ਨੇ ਜਿਹੜੇ ਗੁਰਮੁਖੀ ਦੇ ਵਿੱਚ ਨੇ 35 ਤੇ ਅਜੋਕੇ ਸਮੇਂ ਦੇ ਵਿੱਚ 41 ਹੋ ਗਏ 6 ਉਹੀ ਜੋੜ ਤੇ ਜਿਹੜੇ ਉੱਪਰ ਬਿੰਦੀ ਵਾਲੇ ਆਪਾਂ ਤੁਹਾਨੂੰ ਦੱਸ ਕੇ ਆਏ ਹਾਂ 20 ਨੰਬਰ ਕੁਐਸਚਨ ਹਰਮਿੰਦਰ ਸਾਹਿਬ ਦੀ ਉਸਾਰੀ ਹੇਠ ਲਿਖਿਆਂ ਵਿੱਚੋਂ ਅ ਕਿਸ ਗੁਰੂ ਸਾਹਿਬਾਨ ਜੀ ਨੇ ਕਰਵਾਈ ਸੀ ਹਰਮਿੰਦਰ ਸਾਹਿਬ ਦੀ ਉਸਾਰੀ ਕਿਸ ਗੁਰੂ ਸਾਹਿਬਾਨ ਜੀ ਨੇ ਕਰਵਾਈ ਸੀਗੀ ਸ੍ਰੀ ਗੁਰੂ ਅਰਜਨ ਦੇਵ ਜੀ ਆਪਸ਼ਨ ਡੀ ਰਾਈਟ ਆਨਸਰ ਹੈ ਸਾਈ ਮੀਆਂ ਮੀਰ ਜੀ ਦੇ ਦੁਆਰਾ ਨੀ ਪੱਥਰ ਰੱਖਿਆ ਜਾਂਦਾ ਹੈ ਨਹੀਂ ਰੱਖੀ ਜਾਂਦੀ ਹੈ ਅਗਲਾ ਕੁਐਸਚਨ ਹੈ 21 ਨੰਬਰ ਪੰਜਾਬ ਦੇ ਮਾਨਸਾ ਤੇ ਬਠਿੰਡਾ ਜ਼ਿਲ੍ਹਾ ਨੇ ਜਿਹੜੇ ਇਹ ਜ਼ਿਲ੍ਹੇ ਆ ਉਹ ਕਿਸ ਉਪਭਾਸ਼ਾ ਦੇ ਨਾਲ ਸਬੰਧਿਤ ਨੇ ਜਾਂ ਕਿਹੜੀ ਉਪਭਾਸ਼ਾ ਇਹਨਾਂ ਦੇ ਵਿੱਚ ਬੋਲੀ ਜਾਂਦੀ ਹੈ ਮਾਨਸਾ ਦੇ ਵਿੱਚ ਤੇ ਬਠਿੰਡੇ ਦੇ ਵਿੱਚ ਕਿਹੜੀ ਬੋਲੀ ਜਾਂਦੀ ਹੈ ਜੀ ਮਾਝੀ ਨਹੀਂ ਹੈਗੀ ਪੁਆਦੀ ਵੀ ਨਹੀਂ ਦੁਆਬੀ ਵੀ ਨਹੀਂ ਕਿਹੜੀ ਹੈ ਮਲਬਈ ਹੈ ਆਪਸ਼ਨ ਕਿਹੜਾ ਰਾਈਟ ਹੋ ਗਿਆ ਡੀ ਡੀ ਆਪਸ਼ਨ ਆਪਣਾ ਬਿਲਕੁਲ ਰਾਈਟ ਆਨਸਰ ਹੈ ਅਗਲਾ ਕੁਐਸਚਨ ਦੇਖੋ 22 ਨੰਬਰ ਪੰਜਾਬੀ ਸ਼ਬਦ ਸ਼੍ਰੇਣੀ ਵਿੱਚ ਨਾਮ ਦੀ ਉਹ ਕਿਹੜੀ ਕਿਸਮ ਹੈ ਜਿਹੜੀ ਕਿਸੇ ਇਕੱਠ ਨੂੰ ਦਰਸਾਉਂਦੀ ਹੈ ਦੇਖੋ ਨਾਮ ਦੀਆਂ ਕਿਸਮਾਂ ਦੇ ਵਿੱਚੋਂ ਪੁੱਛ ਰਿਹਾ ਤਾਂ ਆਮ ਨਾਮ ਵੀ ਨਹੀਂ ਹੈਗਾ ਖਾਸ ਨਾਮ ਵੀ ਨਹੀਂ ਹੈਗਾ ਕਿਹੜਾ ਹੋਏਗਾ ਇਕੱਠਵਾਚਕ ਜਾਂ ਸਮੂਹਵਾਚਕ ਤੁਹਾਨੂੰ ਕਹਿ ਦਿੱਤਾ ਜਾਏਗਾ ਇਕੱਠ ਦੇ ਵਿੱਚ ਟੋਲੀ ਸਭਾ ਜਮਾਤ ਇਹ ਚੀਜ਼ਾਂ ਜਦੋਂ ਆਪਾਂ ਦਿਖਾਉਂਦੇ ਹਾਂ ਇਕੱਠਵਾਚਕ ਨਾਮ ਦੇ ਵਿੱਚ ਆ ਜਾਂਦੀਆਂ ਨੇ ਅਗਲਾ ਕੁਐਸਚਨ ਦੇਖੋ 23 ਨੰਬਰ ਤਾਂ ਜਿਨ੍ਹਾਂ ਨੇ ਅਜੇ ਤੱਕ ਕਲਾਸ ਨੂੰ ਲਾਈਕ ਨਹੀਂ ਕੀਤਾ ਪਲੀਜ਼ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਇਸੇ ਤਰ੍ਹਾਂ ਦੀਆਂ ਕਲਾਸਾਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਤੇ ਨਾਲ ਦੀ ਨਾਲ ਆਨਸਰ ਦੇਣ ਦੀ ਕੋਸ਼ਿਸ਼ ਕਰਿਆ ਕਰੋ ਤੇ ਐਂਡ ਦੇ ਵਿੱਚ ਜਰੂਰ ਦੱਸਿਓ ਕਿ ਇਹਨਾਂ 50 ਕੁਐਸਚਨ ਦੇ ਵਿੱਚੋਂ ਕਿੰਨੇ ਤੁਹਾਨੂੰ ਆਉਂਦੇ ਸੀ ਇਹਨਾਂ ਵਿੱਚੋਂ ਕਿਹੜਾ ਸੰਦਲਵਾਰ ਖੇਤਰ ਦੀਆਂ ਔਰਤਾਂ ਦਾ ਇੱਕ ਰਵਾਇਤੀ ਨਾਚ ਹੈ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਠੀਕ ਹੈ ਸੰਦਲਵਾਰ ਪਾਕਿਸਤਾਨ ਦੇ ਵਿੱਚ ਹੈ ਤੇ ਉੱਥੋਂ ਦੀ ਔਰਤਾਂ ਦਾ ਪ੍ਰਸਿੱਧ ਨਾਚ ਕਿਹੜਾ ਹੈ ਕਿੱਕਲੀ ਕਿੱਕਲੀ ਕਲੀਰ ਦੀ ਨਹੀਂ ਹੈਗਾ ਚਾਗੋ ਧੀਆਂ ਰਾਈਟ ਆਨਸਰ ਸੰਮੀ ਹੈ ਸੰਦਲਵਾਰ ਦਾ ਇਲਾਕਾ ਹੈ ਜਿਹੜਾ ਉੱਥੋਂ ਦਾ ਪ੍ਰਸਿੱਧ ਨਾਚ ਹੈ ਅੱਗੇ ਚੱਲਦੇ ਹਾਂ 24 ਨੰਬਰ ਕੁਐਸਚਨ ਤੇ ਤਾਂ ਦੇਖੋ ਕੁਐਸਚਨ ਇਦਾਂ ਪੁੱਛਿਆ ਜਾਂਦਾ ਹੈ ਜਾਂ ਮਾਲਵੇ ਦਾ ਪ੍ਰਸਿੱਧ ਨਾਚ ਹੈ ਜਾਂ ਤੁਹਾਨੂੰ ਕਿਸੇ ਸੰਦਲਵਾਰੇ ਦੀ ਇਹਦਾ ਇਦਾਂ ਪੁੱਛ ਲਿਆ ਜਾਂਦਾ ਤਾਂ ਜ਼ਰੂਰ ਧਿਆਨ ਦੇ ਵਿੱਚ ਰੱਖਿਓ 24 ਨੰਬਰ ਕੁਐਸਚਨ ਜਦੋਂ ਕਿਸੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਹੋਣ ਦੀ ਜਾਣਕਾਰੀ ਮਿਲੇ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ ਜ्यादा ਤੁਹਾਨੂੰ ਇਦਾਂ ਕਹਿ ਦਿੱਤਾ ਜਾਏਗਾ ਕਿ ਕਿਰਿਆ ਦੇ ਹੋਣ ਦੀ ਜਾਣਕਾਰੀ ਮਿਲੇ ਜਾਂ ਤੁਹਾਨੂੰ ਕਹਿ ਦਿੱਤਾ ਜਾਏਗਾ ਕਿ ਉਸ ਦਾ ਕਾਰਨ ਪਤਾ ਲੱਗੇ ਕਿ ਰਿਆ ਹੋਣ ਦਾ ਕਿ ਉਸ ਦੇ ਕਰਕੇ ਉਹ ਕਿਰਿਆ ਹੋਈ ਹੈ ਤਾਂ ਉਹਨੂੰ ਕਾਰਨਵਾਚਕ ਕਹਿੰਦੇ ਆਪਾਂ ਠੀਕ ਹੈ ਜੇਕਰ ਤੁਹਾਨੂੰ ਉਸ ਦੇ ਪ੍ਰਕਾਰ ਦਾ ਜਾਂ ਕਿਸਮ ਦਾ ਪਤਾ ਲੱਗੇ ਕਿ ਕਿਸ ਤਰ੍ਹਾਂ ਦੀ ਕਿਰਿਆ ਪ੍ਰਕਾਰਵਾਚਕ ਸੰਖਿਆ ਦਾ ਪਤਾ ਲੱਗੇ ਸੰਖਿਆ ਜਾਂ ਸਥਾਨ ਦਾ ਪਤਾ ਲੱਗੇ ਸਥਾਨਵਾਚਕ ਬਸ ਇਹ ਤਾਂ ਬਿਲਕੁਲ ਸੌਖੀ ਚੀਜ਼ ਹੈ ਅਗਲਾ ਕੁਸ਼ਣ ਹੈ 25 ਨੰਬਰ ਨਿਮਨ ਲਿਖਤ ਵਿੱਚੋਂ ਕਿਹੜਾ ਪੰਜਾਬ ਦਾ ਸੂਚਨਾ ਟੈਕਨੋਲੋਜੀ ਕੇਂਦਰ ਹੈ ਸੂਚਨਾ ਟੈਕਨੋਲੋਜੀ ਕੇਂਦਰ ਨਾਲ ਸੰਬੰਧਿਤ ਦੱਸੋ ਕਿਹੜਾ ਸ਼ਹਿਰ ਹੈ ਇਹਨਾਂ ਦੇ ਵਿੱਚੋਂ ਜਲੰਧਰ ਜਲੰਧਰ ਖੇਡਾਂ ਨਾਲ ਸੰਬੰਧਿਤ ਹੋ ਗਿਆ ਪਟਿਆਲਾ ਪਟਿਆਲਾ ਬਿਰਾਸਤੀ ਸ਼ਹਿਰ ਹੋ ਗਿਆ ਹਨਾ ਬਠਿੰਡਾ ਵੀ ਤਾਂ ਰਾਈਟ ਆਨਸਰ ਹੋ ਗਿਆ ਜੀ ਆਪਣਾ ਡੀ ਮੁਹਾਲੀ ਹੈ ਜਿਹੜਾ ਉਹ ਸੂਚਨਾ ਟੈਕਨੋਲੋਜੀ ਨਾਲ ਰਿਲੇਟਡ ਹੈ ਇਲੈਕਟ੍ਰਿਕ ਸਿਟੀ ਹੈ ਅਗਲਾ ਕੁਐਸਚਨ ਹੈ 26 ਨੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਤਾਂ ਇਹ ਉਲਝਾਉਣ ਵਾਲੇ ਨੰਬਰ ਨੇ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਿਓ ਪਰ ਪਤਾ ਸਭ ਨੂੰ ਹੋਣਾ ਚਾਹੀਦਾ ਹੈ 1469 ਦੇ ਵਿੱਚ ਜਨਮ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੁੰਦਾ ਹੈ ਜੋਤੀ ਜੋਤ ਸਮਾਉਂਦੇ 1539 ਦੇ ਵਿੱਚ ਤਾਂ ਇਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਣ ਵਾਲੀਆਂ ਨੇ ਇੰਪੋਰਟੈਂਟ ਹੈ ਅਗਲਾ ਕੁਐਸਚਨ ਹੈ 27 ਨੰਬਰ ਲੁਧਿਆਣਾ ਵਿੱਚ ਕਿਲਾ ਰਾਏਪੁਰ ਖੇਡ ਮੇਲਾ ਹਰ ਸਾਲ ਡੈਸ਼ ਮਹੀਨੇ ਦੇ ਵਿੱਚ ਆਉਂਦਾ ਹੈ ਲੁਧਿਆਣਾ ਦੇ ਵਿੱਚ ਲੱਗਦਾ ਜੀ ਕਿਲਾ ਰਾਏਪੁਰ ਵਾਲਾ ਮੇਲਾ ਹਨਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਹੈ ਤੇ ਕਿਹੜੇ ਮਹੀਨੇ ਦੇ ਵਿੱਚ ਲੱਗਦਾ ਜੀ ਇਹ ਅਪ੍ਰੈਲ ਮਾਰਚ ਅਕਤੂਬਰ ਤਾਂ ਇਸ ਦਾ ਰਾਈਟ ਆਨਸਰ ਹੈ ਫਰਵਰੀ ਆਪਸ਼ਨ ਡੀ ਰਾਈਟ ਆਨਸਰ ਫਰਵਰੀ ਹੈ ਫਰਵਰੀ ਦੇ ਵਿੱਚ ਹੁੰਦਾ ਹੈ 28 ਨੰਬਰ ਕੁਐਸਚਨ ਚੀਜ਼ ਇੱਥੇ ਸ਼ਬਦ ਦਿੱਤਾ ਹੋਇਆ ਆਪਾਂ ਨੂੰ ਇੱਕ ਚੀਜ਼ ਇਹ ਕਿਹੜਾ ਅਗੇਤਰ ਇਸ ਤੇ ਨਾਲ ਲਗਾਇਆ ਜਾ ਸਕਦਾ ਹੈ ਚਾਹੇ ਉਹ ਪੋਜ਼ਿਟਿਵ ਰਹੇ ਜਾਂ ਨੈਗੇਟਿਵ ਰਹੇ ਤਾਂ ਇਹਨਾਂ ਦੇ ਵਿੱਚੋਂ ਦੱਸੋ ਜੀ ਉਹ ਕਿਹੜਾ ਅਗੇਤਰ ਹੈ ਜਿਹੜਾ ਆਪਾਂ ਇਸ ਦੇ ਨਾਲ ਲਗਾ ਸਕਦੇ ਆ ਲਾ ਚੀਜ਼ ਸ਼ਬਦ ਨਹੀਂ ਨਾ ਬਣਿਆ ਨਾ ਚੀਜ਼ ਨਾ ਚੀਜ਼ੋਂ ਚੀਜ਼ ਕਰੇ ਮੇਰਾ ਗੋਬਿੰਦ ਹਨਾ ਨਾ ਚੀਜ਼ ਸ਼ਬਦ ਨਾ ਚੀਜ਼ ਬਣ ਸਕਦਾ ਤਾਂ ਰਾਈਟ ਆਨਸਰ ਆਪਸ਼ਨ ਬੀ ਹੋ ਗਿਆ ਜੀ ਆਪਣਾ ਨਾ ਸ਼ਬਦ ਤਾਂ ਇੱਥੇ ਵੀ ਬਣਦਾ ਪਰ ਇਹਦੇ ਨਾਲ ਆਪਾਂ ਕਦੇ ਸ਼ਬਦ ਬਣਿਆ ਹੋਇਆ ਦੇਖਿਆ ਨਹੀਂ ਤਾਂ ਇਹ ਗਲਤ ਹੋ ਜਾਏਗਾ ਹਨਾ ਅੱਗੇ ਦੇਖੋ 29 ਨੰਬਰ ਕੁਐਸਚਨ ਜਪਜੀ ਸਾਹਿਬ ਕਿਸ ਗੁਰੂ ਸਹਿਬਾਨ ਜੀ ਦੁਆਰਾ ਰਚਿਤ ਬਾਣੀ ਹੈ ਜਪਜੀ ਸਾਹਿਬ ਜਰੂਰ ਪਾਠ ਕਰਦੇ ਹੋਵੋਗੇ ਪਤਾ ਹੋਏਗਾ ਜਪਜੀ ਸਾਹਿਬ ਕਿਸ ਗੁਰੂ ਸਹਿਬਾਨ ਜੀ ਦੇ ਦੁਆਰਾ ਰਚੀ ਗਈ ਬਾਣੀ ਹੈ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਆਸਾ ਦੀ ਵਾਰ ਵੀ ਆਪਾਂ ਗੱਲ ਕਰਕੇ ਆਏ ਸੀ ਉਹ ਵੀ ਗੁਰੂ ਨਾਨਕ ਦੇਵ ਜੀ ਨਾਲ ਰਿਲੇਟਡ ਹੈ ਤੇ ਜਪਜੀ ਸਾਹਿਬ ਵੀ ਰਗ ਰਹਿਤ ਬਾਣੀ ਹੈ ਪਹਿਲੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਗਲਾ ਕੁਐਸਚਨ ਹੈ 30 ਨੰਬਰ ਬਿਸਰਾਮ ਬਿਸਰਾਮ ਤੋਂ ਕੀ ਭਾਵ ਹੈ ਬਿਸਰਾਮ ਆਪਾਂ ਦੇਖਦੇ ਆ ਵਿਸ਼ਰਾਮ ਚਿੰਨ੍ਹ ਬਣੇ ਹੋਏ ਆ ਉਹ ਕਾਦੇ ਵਾਸਤੇ ਬਣਾਉਨੇ ਆ ਆਪਾਂ ਕਿ ਜਦੋਂ ਆਪਾਂ ਕੋਈ ਬਾਤ ਬੋਲ ਰਹੇ ਆ ਨਾ ਉਹ ਬਾਤ ਦੇ ਵਿੱਚ ਆਪਾਂ ਨੇ ਵਿਸ਼ਰਾਮ ਕਿੱਥੇ ਕਿੱਥੇ ਲੈਣਾ ਹੈ ਕਿੱਥੇ ਘੱਟ ਵਿਸ਼ਰਾਮ ਲੈਣਾ ਹੈ ਜਾਂ ਰੁਕਣੇ ਹੈ ਨਾ ਕਿੱਥੇ ਵੱਧ ਵਿਸ਼ਰਾਮ ਲੈਣਾ ਹੈ ਉਹ ਚੀਜ਼ ਉਹਦੇ ਵਾਸਤੇ ਆਪਾਂ ਉਹ ਚਿੰਨ੍ਹ ਬਣਾਉਨੇ ਆ ਠੀਕ ਹੈ ਜੇ ਤਾਂ ਡੰਡੀ ਲਾਤੀ ਬਸ ਗੱਲ ਖਤਮ ਹੀ ਹੋ ਗਈ ਉੱਥੇ ਪੂਰੀ ਤਰ੍ਹਾਂ ਮਿਸ਼ਰਾਮ ਲੈ ਲਿਆ ਆਪਾਂ ਨੇ ਕੋਈ ਗੱਲ ਕਹਿੰਦੇ ਕਹਿੰਦੇ ਥੋੜਾਕ ਰੁਕ ਕੇ ਉਸ ਤੋਂ ਬਾਅਦ ਕੰਟੀਨਿਊ ਗੱਲ ਕੀਤੀ ਤਾਂ ਉੱਥੇ ਥੋੜਾਕ ਵਿਸ਼ਰਾਮ ਲੈਣ ਦੀ ਜ਼ਰੂਰਤ ਪਈ ਆਪਾਂ ਨੇ ਉੱਥੇ ਕ ਠੀਕ ਹੈ ਕਿ ਤੁਸੀਂ ਗੱਲ ਕਰਦੇ ਹੋ ਕਿੰਨਾ ਕੁ ਰੁਕਣਾ ਹੈ ਜਾਂ ਉਸ ਨੂੰ ਪੂਰੀ ਤਰ੍ਹਾਂ ਸਟਾਪ ਕਰਨਾ ਹੈ ਉਹ ਠਹਿਰਾਓ ਨੂੰ ਦਿਖਾਉਂਦਾ ਹੈ ਵਿਸ਼ਰਾਮ ਵਿਸ਼ਰਾਮ ਆਪਾਂ ਵੈਸੇ ਵੀ ਕਹਿੰਦੇ ਆ ਕਿ ਵਿਸ਼ਰਾਮ ਕਰ ਲੋ ਆਰਾਮ ਕਰ ਲੋ 31 ਨੰਬਰ ਕੁਐਸਚਨ ਦੇਖੋ ਨਾਮ ਪੜਨਾਮ ਜਾਂ ਵਿਸ਼ੇਸ਼ਣ ਦਾ ਦੂਸਰੇ ਸ਼ਬਦਾਂ ਦੇ ਨਾਲ ਸੰਬੰਧ ਸਥਾਪਿਤ ਕਰਨ ਨੂੰ ਡੈਸ਼ ਕਿਹਾ ਜਾਂਦਾ ਹੈ ਸੰਬੰਧ ਸਥਾਪਿਤ ਕਰਨਾ ਤਾਂ ਕਿਹੜਾ ਹੋਏਗਾ ਸੰਬੰਧਕ ਠੀਕ ਹੈ ਧਿਆਨ ਦੇ ਵਿੱਚ ਰੱਖਿਓ ਇਸ ਤੇ ਦੁਆਰਾ ਸੰਬੰਧ ਹੈ ਜਿਹੜਾ ਸਥਾਪਿਤ ਕੀਤਾ ਜਾਂਦਾ ਹੈ ਨਾਮ ਲਿੰਗ ਵਿਸ਼ਮਿਕ ਇਹ ਤਾਂ ਵੈਸੇ ਵੀ ਨਹੀਂ ਹੈਗੇ ਅੱਗੇ ਦੇਖੋ 32 ਨੰਬਰ ਕੁਐਸਚਨ ਜਲੰਧਰ ਸ਼ਹਿਰ ਨਿਮਨ ਲਿਖਤ ਵਿੱਚੋਂ ਕਿਸ ਉਦਯੋਗ ਲਈ ਮਸ਼ਹੂਰ ਹੈ ਕਿਸ ਦੇ ਨਾਲ ਰਿਲੇਟਡ ਹੈ ਜੀ ਜਲੰਧਰ ਸਾਈਕਲੋ ਉਦਯੋਗ ਨਹੀਂ ਖੇਤੀਬਾੜੀ ਵੀ ਨਹੀਂ ਹੈਗਾ ਠੀਕ ਹੈ ਤੇ ਇਲੈਕਟ੍ਰੀਕਲ ਵੀ ਨਹੀਂ ਹੈਗਾ ਖੇਡਾਂ ਦਾ ਸਮਾਨ ਹੈ ਜਿਹੜਾ ਉਸ ਦੇ ਨਿਰਮਾਣ ਦੇ ਲਈ ਹੈ ਉੱਪਰ ਵੀ ਆਪਾਂ ਗੱਲ ਕਰ ਚੁੱਕੇ ਹਾਂ ਇਸ ਗੱਲ ਦੇ ਬਾਰੇ ਜਲੰਧਰ ਖੇਡਾਂ ਨਾਲ ਸਬੰਧਿਤ ਹੈ ਖੇਡਾਂ ਜਾਂ ਜਿਮ ਤੁਸੀਂ ਦੇਖਿਆ ਹੋਏਗਾ ਕਦੇ ਲਿਆਂਦੇ ਹੋਏਗੀ ਪਿੰਡ ਦੇ ਵਿੱਚ ਪ੍ਰਸ਼ਨ ਨੰਬਰ 33 ਟੰਗ ਅਡਾਉਣੀ ਇਸ ਮੁਹਾਵਰੇ ਦਾ ਕੀ ਅਰਥ ਹੈ ਜੀ ਤੰਗ ਅੜਾਉਣੀ ਤੰਗ ਅੜਾਰਿਆ ਕੋਈ ਰੁਕਾਵਟ ਪੈਦਾ ਕਰ ਰਿਹਾ ਕੋਈ ਰੁਕਾਵਟ ਪਾਉਣੀ ਤੰਗ ਅੜਾਉਣੀ ਅੜੇਕਾ ਲਗਾਉਣਾ ਇਹ ਸਾਰੇ ਇਸ ਤੇ ਅਰਥ ਹੋਣਗੇ অপਸ਼ਨ B ਆਪਣਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਬਾਕੀ ਸਾਰੀਆਂ অপਸ਼ਨ ਨੂੰ ਬਿਨਾਂ ਦੇਖੇ ਤੁਸੀਂ ਕੱਟ ਦਿਆ ਕਰੋ ਅਗਲਾ ਕੁਐਸਚਨ ਹੈ 34 ਨੰਬਰ ਹਾਈ ਕੋਰਟ ਦਾ ਅ ਚੀਫ ਜਸਟਿਸ ਹਾਈ ਕੋਰਟ ਦਾ ਚੀਫ ਜਸਟਿਸ ਡੈਸ਼ ਨੂੰ ਅਹੁਦੇ ਦੀ ਸੌਂਚ ਕਾਉਂਦਾ ਹੈ ਦੱਸੋ ਜੀ ਕਿਸ ਨੂੰ ਚੁਕਾਉਂਦਾ ਹੈ ਐਡਵੋਕੇਟ ਜਨਰਲ ਮੁੱਖ ਮੰਤਰੀ ਰਾਜਪਾਲ ਜਾਂ ਮੰਤਰੀ ਪਰਿਸ਼ਦ ਦਾ ਰਾਈਟ ਆਨਸਰ ਆਪਸ਼ਨ ਸੀ ਹੈ ਰਾਜਪਾਲ 35 ਨੰਬਰ ਕੁਐਸਚਨ ਤਖਤ ਇਹ ਅਕਬਰੀ ਤਖਤ ਇਹ ਅਕਬਰੀ ਤਖਤ ਇਹ ਅਕਬਰੀ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਇਹ ਕੁਐਸਚਨ ਆਪਾਂ ਵੈਸੇ ਵੀ ਤੁਸੀਂ ਇੱਕ ਆਪਣੇ ਕਮਿਊਨਿਟੀ ਬਾਕਸ ਬਣਿਆ ਹੁੰਦਾ ਚੈਨਲ ਦੇ ਵਿੱਚ ਹੋਮ ਬਟਨ ਹੈ ਵੀਡੀਓਜ਼ ਹੈ ਲਾਈਵ ਹੈ ਸ਼ਾਰਟ ਹੈ ਹਨਾ ਇੱਕ ਪਲੇਲਿਸਟ ਹੈ ਪਲੇਲਿਸਟ ਦੇ ਵਿੱਚ ਤਾਂ ਤੁਸੀਂ ਸਾਰੀਆਂ ਪਲੇਲਿਸਟਾਂ ਜਾ ਕੇ ਦੇਖ ਸਕਦੇ ਹੋ ਬਣੀਆਂ ਹੋਈਆਂ ਨੇ ਤੇ ਉਹਦੇ ਵਿੱਚ ਪੰਜਾਬੀ ਪੰਜਾਬ ਪੁਲਿਸ ਕਾਂਸਟੇਬਲ ਪੇਪਰ ਅਨਲਾਈਸਿਸ ਉਹ ਪਲੇਲਿਸਟ ਨੂੰ ਜਾ ਕੇ ਜਰੂਰ ਦੇਖ ਲਓ ਉਹਦੇ ਵਿੱਚ ਸਾਰੀਆਂ ਇੰਪੋਰਟੈਂਟ ਚੀਜ਼ਾਂ ਆਪਾਂ ਨੇ ਪਾ ਦਿੱਤੀਆਂ ਨੇ ਤੇ ਉਸ ਦੇ ਨਾਲ ਹੀ ਇੱਧਰ ਇੱਕ ਬਣਿਆ ਹੁੰਦਾ ਹੈ ਕਮਿਊਨਿਟੀ ਬਾਕਸ ਉਹਦੇ ਵਿੱਚ ਸਾਰੇ ਲਾਈਵ ਕੁਇਜ਼ ਪਾਏ ਹੋਏ ਆ ਉੱਥੇ ਤੁਸੀਂ YouTube ਦੇ ਵਿੱਚ ਆਨਸਰ ਦੇ ਸਕਦੇ ਹੋ ਜਿਹੜਾ ਸਹੀ ਆਪਸ਼ਨ ਹੋਏਗੀ ਟਿਕ ਕਰੇ ਤੋਂ ਗ੍ਰੀਨ ਹੋ ਜਾਏਗੀ ਤਾਂ ਇਦਾਂ ਤੁਸੀਂ ਲਾਈਵ ਜਿੱਦਾਂ ਤੁਹਾਡਾ ਪੇਪਰ ਹੁੰਦਾ ਇਸ ਤਰ੍ਹਾਂ ਉਸ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਅੱਗੇ ਦੇਖੋ ਉੱਥੇ ਆਪਾਂ ਇਹ ਕੁਐਸਚਨ ਪਾਇਆ ਹੋਇਆ ਸੀਗਾ ਤਖਤ ਇਹ ਅਕਬਰੀ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਇਹ ਕਿਹੜੇ ਚਲੇ ਦੇ ਵਿੱਚ ਆਉਂਦਾ ਜੀ ਗੁਰਦਾਸਪੁਰ ਦੇ ਵਿੱਚ ਆਪਸ਼ਨ ਸੀ ਰਾਈਟ ਆਨਸਰ 36 ਨੰਬਰ ਕੁਐਸਚਨ ਪੰਜਾਬੀ ਵਿੱਚ ਪੈਰ ਵਿੱਚ ਪੈਣ ਵਾਲੇ ਅੱਖਰਾਂ ਦੀ ਗਿਣਤੀ ਕਿੰਨੇ ਆ ਤਾਂ ਹੌਲੀ ਹੌਲੀ ਹੋ ਸਕਦਾ ਅਲੋਪੀ ਹੋ ਜੇ ਤਾਂ ਇੱਥੇ ਜ਼ਿਆਦਾਤਰ ਜਿਹੜੀ ਹੁਣ ਆਪਾਂ ਚੱਲਦਾ ਪਿਆ ਹੈ ਹਨਾ ਤਾਂ ਇੱਥੇ ਦੇਖੋ ਤਿੰਨ ਨੇ ਹਾ ਹਾ ਰਾ ਰਾ ਤੇ ਵਾ ਵਾ ਇਹ ਪਾ ਕੇ ਵੀ ਦਿਖਾ ਦਿੰਨੇ ਆ ਪੈਰ ਦੇ ਵਿੱਚ ਜਿੱਦਾਂ ਆਪਾਂ ਦੇਖਦੇ ਇੱਥੇ ਲਿਖ ਕੇ ਹਾ ਹਾ ਪਾਉਣਾ ਇੱਥੇ ਪਾਤਾ ਹੜ ਹੜ ਸ਼ਬਦ ਪਾਇਆ ਪੈਰ ਦੇ ਵਿੱਚ ਹਾ ਹਾ ਪੈ ਗਿਆ ਠੀਕ ਹੈ ਉਸ ਤੋਂ ਬਾਅਦ ਆਪਾਂ ਨੇ ਪਾਇਆ ਪ੍ਰੀਤ ਇੱਥੇ ਪੈਰ ਦੇ ਵਿੱਚ ਕੀ ਪੈ ਗਿਆ ਰਾਰਾ ਉਸ ਤੋਂ ਬਾਅਦ ਪਾਇਆ ਸਵਰ ਪੈਰ ਦੇ ਵਿੱਚ ਵਾਵਾ ਰਾਰਾ ਸਵਰ ਵੈਸੇ ਸਵਰ ਹੁਣ ਇਦਾਂ ਵੀ ਲਿਖਿਆ ਜਾਣ ਲੱਗ ਗਿਆ ਸਸਾ ਵਾਵਾ ਰਾਰਾ ਦੋਨੋਂ ਸਹੀ ਨੇ ਠੀਕ ਹੈ ਤਾਂ ਇਹ ਦੇਖੋ ਤਿੰਨੋਂ ਅੱਖਰ ਪੈਰ ਦੇ ਵਿੱਚ ਪੈਂਦੇ ਆ ਕਿੰਨੇ ਨੇ ਪੈਰ ਦੇ ਵਿੱਚ ਪੈਣ ਵਾਲੇ ਤਿੰਨ ਆਪਸ਼ਨ ਸੀ ਆਪਣਾ ਰਾਈਟ ਆਨਸਰ ਹੈ ਅੱਗੇ ਦੇਖਦੇ ਆ ਕੁਐਸਚਨ ਨੰਬਰ 37 ਸਤਲੁਜ ਅਤੇ ਬਿਆਸ ਦਰਿਆਵਾਂ ਵਿਚਕਾਰ ਬਣੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ ਜਾਂ ਕਿਹੜਾ ਖੇਤਰ ਆਉਂਦਾ ਹੈ ਇਹਨਾਂ ਦੋਨੋਂ ਦਰਿਆਵਾਂ ਦੇ ਵਿਚਕਾਰ ਤਾਂ ਉੱਥੇ ਤੁਹਾਨੂੰ ਬਿਸਤ ਵੀ ਲਿਖਿਆ ਹੋਇਆ ਮਿਲ ਜੇਗਾ ਬੀ ਤਾਂ ਬਿਆਸ ਦਾ ਬੀ ਲਿਖ ਲਿਆ ਸਤਲੁਜ ਦਾ ਸਤ ਲਿਖ ਲਿਆ ਬਿਸਤ ਬਿਸਤ ਦੁਆਬ ਵੀ ਆਪਾਂ ਕਹਿੰਦੇ ਆ ਦੁਆਬਾ ਰਾਈਟ ਆਨਸਰ ਹੈ ਆਪਸ਼ਨ ਬੀ ਇਸ ਦਾ ਠੀਕ ਹੈ ਰਾਵੀ ਤੇ ਬਿਆਸ ਦੇ ਵਿਚਕਾਰ ਹੋ ਗਿਆ ਮਾਝਾ ਤੇ ਉਸ ਤੋਂ ਬਾਅਦ ਸਤਲੁਜ ਤੇ ਘੱਗਰ ਦੇ ਵਿਚਕਾਰ ਮਾਲਵਾ ਤੇ ਇਹਨਾਂ ਦੇ ਹੀ ਕੁਝ ਹਿੱਸੇ ਆ ਜਿਹੜੇ ਉਹਨਾਂ ਦੇ ਵਿੱਚੋਂ ਪੂਰਬੀ ਹਿੱਸੇ ਦਾ ਆਪਾਂ ਪੁਆਦ ਬਣਾ ਦਿੰਨੇ ਆ ਅੱਗੇ ਦੇਖੋ 38 ਨੰਬਰ ਕੁਐਸਚਨ ਹੇਠਾਂ ਲਿਖਿਆਂ ਵਿੱਚੋਂ ਕਿਸ ਨੇ ਜੁਲਾਈ 2023 ਵਿੱਚ ਅੰਮ੍ਰਿਤਸਰ ਜਾਮਨਗਰ ਐਕਸਪ੍ਰੈਸਵੇ ਦਾ ਉਦਘਾਟਨ ਕੀਤਾ ਕਿਸ ਦੇ ਦੁਆਰਾ ਕੀਤਾ ਗਿਆ ਉਦਘਾਟਨ ਜੁਲਾਈ 2023 ਦਾ ਕੁਐਸਚਨ ਹੈ ਕਰੰਟ ਦਾ ਤੁਸੀਂ ਮੰਨ ਸਕਦੇ ਹੋ ਕਿਉਂਕਿ ਕਰੰਟ 2023 ਦੇ ਕੁਐਸਚਨ ਬਹੁਤ ਜ਼ਿਆਦਾ ਪੁੱਛੇ ਜਾ ਰਹੇ ਹਨ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੁਆਰਾ ਇਸ ਦਾ ਉਦਘਾਟਨ ਕੀਤਾ ਗਿਆ 2023 ਦੇ ਵਿੱਚ 39 ਨੰਬਰ ਕੁਐਸਚਨ ਹੇਠ ਲਿਖਿਆਂ ਵਿੱਚੋਂ ਪੰਜਾਬ ਦਾ ਕਿਹੜਾ ਨਾਚ ਜਿੱਤ ਦਾ ਜਿੱਤ ਦਾ ਨਹੀਂ ਹੈ ਜਿੱਤ ਦਾ ਅਲੱਗ-ਅਲੱਗ ਨੇ ਦੋਨੋਂ ਜਸ਼ਨ ਮਨਾਉਣ ਦੇ ਲਈ ਕੀਤਾ ਜਾਂਦਾ ਹੈ ਲਓ ਜੀ ਜਿੱਤ ਦਾ ਜਸ਼ਨ ਮਨਾਉਣ ਦੇ ਲਈ ਆ ਲੁੱਡੀ ਹੈ ਜਿਹੜਾ ਉਹ ਨਾਚ ਕੀਤਾ ਜਾਂਦਾ ਹੈ ਲੁੱਡੀ ਲੁੱਡੀਆਂ ਪਾਉਣ ਲੱਗ ਰਿਹਾ ਅਗਲਾ ਕਹਿੰਦਾ ਹਨਾ ਅੱਗੇ ਦੇਖੋ ਜੁਲੀ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਕਰ ਚੁੱਕੇ ਹਾਂ 40 ਨੰਬਰ ਕੁਐਸਚਨ ਵਿਆਕਰਨ ਦੇ ਕਿਸ ਭਾਗ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ ਸ਼ਬਦਾਂ ਦਾ ਅਧਿਐਨ ਕਿਦੇ ਵਿੱਚ ਆਏਗਾ ਜੀ ਦੇਖੋ ਇੱਥੇ ਸਿੱਧਾ ਪਿਆ ਪਾਉਣ ਦੇਖਣ ਦੇ ਵਿੱਚ ਸ਼ਬਦ ਬੋਧ ਵਾਕਾਂ ਦਾ ਅਧਿਐਨ ਵਾਕ ਬੋਧ ਅਰਥਾਂ ਦਾ ਅਧਿਐਨ ਅਰਥ ਬੋਧ ਤੇ ਧੁਨੀਆਂ ਦਾ ਅਧਿਐਨ ਧੁਨੀ ਬੋਧ ਠੀਕ ਹੈ ਜੀ ਹੋ ਗਏ ਸਾਰੇ ਕੁਐਸਚਨ ਚਾਰ ਦੇ ਚਾਰ ਇਸ ਦੇ ਵਿੱਚ ਅੱਗੇ ਦੇਖੋ ਕੁਐਸਚਨ ਨੰਬਰ 41 ਭਾਰਤੀ ਸੰਵਿਧਾਨ ਦਾ ਅਨੁਛੇਦ 44 ਡੈਸ਼ ਨਾਲ ਸੰਬੰਧਿਤ ਹੈ ਕਿਸ ਦੇ ਨਾਲ ਸੰਬੰਧਿਤ ਹੈ ਜੀ ਦੱਸੋ ਰਾਜ ਦੀ ਪ੍ਰਵਾષા ਗ੍ਰਾਮ ਪੰਚਾਇਤਾਂ ਦਾ ਸੰਗਠਨ ਜਾਂ ਫਿਰ ਤੁਹਾਡਾ ਆਪਣਾ ਨਗਰਪਾਲਿਕਾ ਦਾ ਵੀ ਨਹੀਂ ਹੈਗਾ ਤਾਂ ਇਹ ਸਮਾਨ ਨਾਗਰਿਕ ਸਾਂਹਿਤਾ ਇਹ ਰਾਈਟ ਆਨਸਰ ਹੋਏਗਾ ਜਾਂ ਤੁਸੀਂ ਇਸ ਨੂੰ ਯੂਨੀਫਾਰਮ ਸਿਵਲ ਕੋਡ ਕਹਿ ਸਕਦੇ ਹਾਂ ਨਾ ਇੱਕੋ ਜਿਹਾ ਸਾਰਾ ਕੁਝ ਯੂਨੀਫਾਰਮ ਹੋ ਗਿਆ ਵੀ ਤਾਂ 44 ਹੈ ਜਿਹੜਾ ਆਰਟੀਕਲ ਉਹ ਇਸਦੀ ਗੱਲ ਕਰਦਾ ਹੈ 42 ਨੰਬਰ ਕੁਐਸਚਨ ਦੇਖੋ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਨੇ ਵਿਸ਼ੇਸ਼ਣ ਦੀਆਂ ਦੱਸੋ ਜੀ ਕਿੰਨੀਆਂ ਕਿਸਮਾਂ ਨੇ ਜੀ ਤਾਂ ਵਿਸ਼ੇਸ਼ਣ ਦੀਆਂ ਨੇ ਕੁੱਲ 5 ਕਿਸਮਾਂ ਹੁਣ ਅੱਗੇ ਕਿਰਿਆ ਅਕਰਮਕ ਸਕਰਮਕ ਇਹਦੀਆਂ ਵੀ ਘੱਟ ਹੀ ਰਹਿ ਗਈਆਂ ਤੇ ਇਹਦੀਆਂ ਤਾਂ 5 ਹੀ ਬਣ ਰਹੀਆਂ ਨੇ ਵਿਸ਼ੇਸ਼ਣ ਦੀਆਂ ਹੁਣ ਜਦੋਂ ਇਹਨਾਂ ਦੋਨਾਂ ਦੀ ਆਪਾਂ ਇਕੱਠਾ ਕਰ ਲਈਏ ਇੱਕ ਸ਼ਬਦ ਬਣਾਉਣਾ ਹੁੰਨੇ ਆਪਾਂ ਸ਼ਬਦ ਸ਼੍ਰੇਣੀ ਦੇ ਵਿੱਚ ਕਿਰਿਆ ਵਿਸ਼ੇਸ਼ਣ ਤਾਂ ਉਹ ਕਿਰਿਆ ਵੀ ਲੱਗ ਗਈ ਵਿਸ਼ੇਸ਼ਣ ਵੀ ਲੱਗ ਗਿਆ ਤਾਂ ਇਹਨਾਂ ਦੋਨਾਂ ਦੀਆਂ ਕਿੰਨੀਆਂ ਬਣ ਗਈਆਂ ਟੋਟਲ ਉਸ ਦੀਆਂ 8 ਬਣ ਜਾਣਗੇ ਕਿਰਿਆ ਵਿਸ਼ੇਸ਼ਣ ਦੀਆਂ ਧਿਆਨ ਦੇ ਵਿੱਚ ਰੱਖਿਓ ਕੱਲੇ ਵਿਸ਼ੇਸ਼ਣ ਦੀਆਂ 5 ਨੇ 43 ਨੰਬਰ ਕੁਐਸਚਨ ਸੰਵਿਧਾਨ ਦਾ ਕਿਹੜਾ ਅਨੁਛੇਦ ਅਪਰਾਧ ਲਈ ਦੋਸ਼ੀ ਠਹਿਰਾਉਣ ਦੇ ਸਬੰਧ ਵਿੱਚ ਸੁਰੱਖਿਆ ਪ੍ਰਦਾਨ ਕਰਦਾ ਹੈ ਕਿਹੜਾ ਜਿਹੜਾ ਅਨੁਛੇਦ ਹੈ ਜਿਹੜਾ ਅਪਰਾਧੀ ਦੋਸ਼ੀ ਠਹਿਰਾਉਣ ਦੇ ਬਾਅਦ ਉਸ ਤੇ ਸਬੰਧ ਦੇ ਵਿੱਚ ਸੁਰੱਖਿਆ ਪ੍ਰਦਾਨ ਕਰ ਦੇਗਾ ਆਰਟੀਕਲ 20 ਹੈ ਜਿਹੜਾ ਉਹ ਇਸ ਦੀ ਗੱਲ ਕਰਦਾ ਹੈ ਆਪਸ਼ਨ A ਰਾਈਟ ਆਨਸਰ ਹੈ ਨਾਲ ਦੀ ਨਾਲ ਚਲਦੀ ਹੋਈ ਕਲਾਸ ਦੇ ਵਿੱਚ ਜਰੂਰ ਆਨਸਰ ਦੇਣ ਦੀ ਕੋਸ਼ਿਸ਼ ਕਰੋ ਸਾਰੇ ਜਾਨੇ 44 ਨੰਬਰ ਕੁਐਸਚਨ ਹੇਠ ਲਿਖਿਆਂ ਵਿੱਚੋਂ ਵਿਸ਼ੇਸ਼ਣ ਦੀ ਕਿਸਮ ਨਹੀਂ ਹੈ ਵਿਸ਼ੇਸ਼ਣ ਦੀ ਕਿਸਮ ਦੇਖੋ ਕਿਹੜੀ ਨਹੀਂ ਹੈਗੀ ਤਾਂ ਗੁਣਵਾਚਕ ਹੈਗਾ ਪਰਿਮਾਨਵਾਚਕ ਹੈਗਾ ਪਰਨਾਮੀ ਵਿਸ਼ੇਸ਼ਣ ਵੀ ਹੈਗਾ ਤਾਂ ਕਿਹੜਾ ਨਹੀਂ ਹੈਗਾ ਆਪਾਦਾਨ ਨਹੀਂ ਹੈਗਾ অপਸ਼ਨ ਡੀ ਰਾਈਟ ਆਨਸਰ ਹੋ ਗਿਆ ਇਸ ਕੁਐਸਚਨ ਦਾ 45 ਨੰਬਰ ਕੁਐਸਚਨ ਕੋਵਿਡ 19 ਊਰੀਟਲਾਈਜ਼ਰ ਟੈਸਟ ਨੂੰ ਅਧਿਕਾਰਤ ਕਰਨ ਵਾਲਾ ਪਹਿਲਾ ਦੇਸ਼ ਕਿਹੜਾ ਹੈ ਜੀ ਦੱਸੋ ਇਹਨਾਂ ਦੇ ਵਿੱਚੋਂ ਕਿਹੜਾ ਦੇਸ਼ ਹੈ ਜਿਹੜਾ ਤਾਂ ਇਹ ਹੈ ਜੀ ਆਪਸ਼ਨ ਬੀ ਸੰਯੁਕਤ ਰਾਜ ਅਮਰੀਕਾ ਆਪਸ਼ਨ ਬੀ ਰਾਈਟ ਆਨਸਰ ਹੈ 46 ਨੰਬਰ ਕੁਐਸਚਨ ਮੀਲ ਇੱਥੇ ਸ਼ਬਦ ਦਿੱਤਾ ਹੋਇਆ ਮੀਲ ਇਸ ਦਾ ਪੰਜਾਬੀ ਅਨੁਵਾਦ ਕੀ ਹੈ ਮੀਲ ਮਿਡਡੇ ਮੀਲ ਠੀਕ ਹੈ ਤੁਸੀਂ ਸੁਣਿਆ ਹੋਏਗਾ ਤਾਂ ਉਹੀ ਹੈ ਜੀ ਖਾਣਾ ਅੱਗੇ ਦੇਖੋ 47 ਨੰਬਰ ਕੁਐਸਚਨ ਅੱਖਾਂ ਨਾਲ ਸਬੰਧਿਤ ਬਿਮਾਰੀਆਂ ਕਿਸ ਵਿਟਾਮਿਨ ਦੀ ਘਾਟ ਕਰਕੇ ਹੋ ਸਕਦੀਆਂ ਹਨ ਤਾਂ ਦੇਖੋ ਜੀ ਅੱਖਾਂ ਨਾਲ ਰਿਲੇਟਡ ਕਿਹੜਾ ਵਿਟਾਮਿਨ ਇਹਨਾਂ ਦੇ ਵਿੱਚੋਂ ਵਿਟਾਮਿਨ A ਵਿਟਾਮਿਨ A ਦੀ ਘਾਟ ਦੇ ਨਾਲ ਅੰਧਰਾਤਾ ਹੋ ਜਾਂਦਾ ਹੈ ਜਾਂ ਰਾਤ ਨੂੰ ਘਟਦੇ ਸਣਾ ਨਾਈਟ ਬਲਾਈਂਡਨੈਸ ਹੋ ਸਕਦਾ ਹੈ ਤਾਂ ਇਹ ਵਿਟਾਮਿਨ A ਹੈ ਜਿਹੜਾ ਉਹ ਅੱਖਾਂ ਨਾਲ ਸੰਬੰਧਿਤ ਹੈ ਠੀਕ ਹੈ ਤਾਂ ਕਈ ਵਾਰ ਇਦਾਂ ਤੁਹਾਨੂੰ ਪੁੱਛ ਲਿਆ ਜਾਂਦਾ ਹੈ ਵਿਟਾਮਿਨ A ਦੀ ਘਾਟ ਦੇ ਨਾਲ ਕਿਹੜਾ ਰੋਗ ਹੋ ਸਕਦਾ ਹੈ ਅੰਧਰਾਤਾ ਹੋ ਸਕਦਾ ਹੈ ਜਾਂ ਅੱਖਾਂ ਦੀਆਂ ਬਿਮਾਰੀਆਂ ਨਾਲ ਹਨਾ ਤਾਂ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਿਓ ਸਾਰੇ ਵਿਟਾਮਿਨ ਜਾਂ ਆਪਾਂ ਬਿਮਾਰੀਆਂ ਨਾਲ ਰਿਲੇਟਡ ਇੱਕ ਬਿਮਾਰੀਆਂ ਟਾਪਿਕ ਲਿਖ ਕੇ ਕਲਾਸਾਈ ਹੋਈ ਹੈ ਪੰਜਾਬ ਪੁਲਿਸ ਕਾਂਸਟੇਬਲ ਪੇਪਰ ਅਨਲਾਈਸਿਸ ਉਹ ਪਲੇਲਿਸਟ ਦੇ ਵਿੱਚ ਤੁਹਾਨੂੰ ਮਿਲ ਜੇਗੀ ਜਾ ਕੇ ਸਾਰੀਆਂ ਕਲਾਸਾਂ ਦੇਖ ਲਿਓ ਉਸ ਦੇ ਵਿੱਚੋਂ 48 ਨੰਬਰ ਕੁਐਸਚਨ ਕਿਸੇ ਸ਼ਬਦ ਵਾਕਾਂਸ਼ ਜਾਂ ਉਪਵਾਕ ਦੀ ਵਿਆਖਿਆ ਜਾਂ ਬੇਰਵੇ ਤੋਂ ਪਹਿਲਾਂ ਕਿਹੜੇ ਵਿਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਕੋਈ ਬੇਰਵਾ ਹੈ ਜਾਂ ਵਾਕਾਂਸ਼ ਹੈ ਜਾਂ ਉਪਵਾਕ ਹੈ ਉਹਦੀ ਵਿਆਖਿਆ ਜਾਂ ਠੀਕ ਹੈ ਉਸ ਸਮੇਂ ਕਿਹੜੇ ਵਿਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਕਿਸ ਤੇ ਕੀਤੀ ਜਾਂਦੀ ਹੈ ਦੋ ਬਿੰਦੀ ਦੀ ਆਪਸ਼ਨ B ਰਾਈਟ ਆਨਸਰ ਹੈ ਬਿੰਦੀ ਡੰਡੀ ਪ੍ਰਸ਼ਨ ਚੈਨਨ ਇਹ ਤਾਂ ਦੇਖੋ ਨੀਚੇ ਵਾਲੇ ਤਾਂ ਦੋਨੋਂ ਪੂਰਨ ਵਿਸ਼ਰਾਮ ਦੇ ਤੌਰ ਦੇ ਉੱਤੇ ਵਰਤੇਦੇ ਆਪਾਂ 49 ਨੰਬਰ ਕੁਐਸਚਨ ਪੰਜਾਬ ਵਿੱਚ ਨਿਮਨ ਲਿਖਤ ਵਿੱਚੋਂ ਕਿਸ ਨੂੰ ਸ਼ੀਸ਼ੇ ਦਾ ਮੈਲ ਵੀ ਕਿਹਾ ਜਾਂਦਾ ਹੈ ਸ਼ੀਸ਼ੇ ਦਾ ਮੈਲ ਕਿਹੜਾ ਹੈ ਜੀ ਮੋਤੀਵਾਗ ਪੈਲਸ ਨਹੀਂ ਸ਼ੀਸ਼ਮੈਲੀ ਪਿਆ ਦੇਖੋ ਨਾਮ ਸਿੱਧਾ ਨਾਮ ਹੀ ਸਿਮਿਲਰ ਹੋ ਰਿਹਾ ਠੀਕ ਹੈ ਆਪਸ਼ਨ ਬੀ ਰਾਈਟ ਆਨਸਰ ਹੈ 49 ਨੰਬਰ ਦਾ 50 ਨੰਬਰ ਕੁਐਸਚਨ ਦੇਖੋ ਮੈਂ ਕੱਲ ਸਕੂਲ ਜਾਵਾਂਗੀ ਤੇ ਆਪਣੀ ਦੋਸਤ ਨੂੰ ਮਿਲਾਂਗੇ ਲਓ ਜੀ ਦੱਸੋ ਇਸ ਦੇ ਵਿੱਚ ਯੋਜਕ ਕਿਹੜਾ ਹੈ ਦੇਖੋ A ਨੂੰ ਤੇ ਇਹਨੂੰ ਦੋਨਾਂ ਨੂੰ ਜੋੜਤਾ ਯੋਜਕ ਨੇ ਤੇ ਹੋ ਗਿਆ ਇਸ ਤੇ ਵਿੱਚ অপਸ਼ਨ C ਰਾਈਟ ਆਨਸਰ ਹੈ ਹੁਣ ਆਪਾਂ ਨੇ 50 ਕੁਐਸ਼ਨ ਇਸ ਕਲਾਸ ਦੇ ਵਿੱਚ ਕੀਤੇ ਆ ਮਿਕਸ ਹੈ ਵੈਸੇ ਆਪਾਂ ਮੌਕ ਟੈਸਟ ਦਾ ਚਲੋ ਉਹਨੂੰ ਕਹਿਣਾ ਸੀ ਜੇਕਰ 50 ਦੇ 50 ਪੰਜਾਬੀ ਦੇ ਹੁੰਦੇ ਤਾਂ ਵੈਸੇ ਪੰਜਾਬੀ ਦੇ ਹੀ ਆ ਜ਼ਿਆਦਾਤਰ ਆਪਾਂ ਨੂੰ ਜਿਹੜੇ 12 ਵੀ ਕੁਐਸ਼ਨ ਮਿਲੇ ਉਹ ਵੀ ਪੰਜਾਬੀ ਨਾਲ ਰਿਲੇਟਡ ਹੀ ਆ ਤਾਂ ਇਹ ਮੌਕ ਟੈਸਟ ਸੀਗਾ ਆਪਣਾ ਅੱਜ ਤਾਂ 50 ਕੁਐਸਚਨ ਆਪਾਂ ਡਿਸਕਸ ਕੀਤੇ ਐ ਇਹਨਾਂ 50 ਕੁਐਸਚਨਾਂ ਦੇ ਵਿੱਚੋਂ ਤੁਹਾਨੂੰ ਕਿੰਨੇ ਆਉਂਦੇ ਸੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਆਪਣਾ ਪਲੀਜ਼ ਇੱਕ ਕਮੈਂਟ ਇੱਕ ਰਿਵਿਊ ਜਰੂਰ ਛੱਡ ਕੇ ਜਾਇਓ ਤੇ ਕੁਐਸਚਨ ਜਰੂਰ ਦੱਸਿਓ ਕਿੰਨੇ ਆਉਂਦੇ ਸੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤੇ ਕੰਪਲੀਟ ਕਲਾਸ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਦੋਸਤਾਂ ਦੇ ਨਾਲ ਜਰੂਰ ਸ਼ੇਅਰ ਕਰਿਓ